ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਜਿਹੜੇ ਨੇ ਉਮੀਦਵਾਰ ਐਲਾਨ ਕਰ ਰਹੇ, ਜਿਨ੍ਹਾਂ ਦੀ ਯਾਤਰਾ ਜਿਹੜੀ ਅੱਜ ਜੇਕਰ ਦੇਖਿਆ ਜਾਵੇ ਤਾਂ ਮੋਹਾਲੀ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਹੋਏ ਨਜ਼ਰ ਆਉਣਗੇ। ਤਸਵੀਰਾਂ ਦੇਖੋ ਤੁਸੀਂ, ਵਰਿੰਦਰ ਸਿੰਗਲਾ ਜਿਹੜੇ ਨੇ ਉਹ ਪੂਰਨ ਤੌਰ 'ਤੇ ਇੱਥੋਂ ਦੇ ਨਿਕਲ ਚੁੱਕੇ ਨੇ, ਅਨੰਦਪੁਰ ਸਾਹਿਬ ਜਾ ਕੇ ਨਤਮਸਤਕ ਹੋਣਗੇ। ਹਾਲਾਂਕਿ ਜੇਕਰ ਪੜਾਓ ਦੀ ਗੱਲ ਕਰੀਏ, ਖਰੜ ਖਰੜ ਤੋਂ ਕੁਰਾਲੀ, ਕੁਰਾਲੀ ਤੋਂ ਰੋਪੜ ਜਿਹੜਾ ਹੁੰਦੇ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਨਤਮਸਤਕ ਹੋਣਗੇ। ਉਸ ਤੋਂ ਬਾਅਦ ਨੈਣਾ ਦੇਵੀ, ਮਾਤਾ ਨੈਣਾ ਦੇਵੀ ਮੰਦਿਰ ਜਿਹੜਾ ਉਹ ਵੀ ਨਤਮਸਤਕ ਹੁੰਦੇ ਹੋਏ ਨਜ਼ਰ ਆਉਣਗੇ। ਹਾਲਾਂਕਿ ਵਰਿੰਦਰ ਸਿੰਗਲਾ ਦੀ ਗੱਲ ਕਰ ਲਈਏ ਤਾਂ ਵਰਿੰਦਰ ਸਿੰਗਲਾ ਜਿਹੜੇ ਨੇ ਉਹ ਕਾਂਗਰਸ, ਜਦੋਂ ਕਾਂਗਰਸ ਪੰਜਾਬ ਦੇ ਵਿੱਚ ਸੀ ਕਾਂਗਰਸ ਪਾਰਟੀ, ਉਸ ਸਮੇਂ ਮੰਤਰੀ ਵੀ ਰਹਿ ਚੁੱਕੇ ਨੇ। ਅਤੇ ਸਾਬਕਾ ਦੀ ਗੱਲ ਕਰੀਏ ਤਾਂ ਸਾਬਕਾ ਮੰਤਰੀ ਰਹੇ ਨੇ ਲਗਾਤਾਰ ਵਿਜਿੰਦਰ ਸਿੰਗਲਾ ਜਿਹੜੇ ਨੇ ਉਹ ਪੂਰਨ ਤੌਰ 'ਤੇ ਕਾਂਗਰਸ ਦੇ ਵਿੱਚ ਹੀ ਜਿਹੜਾ ਉਹ ਦੇਖਦੇ ਹੋਏ ਨਜ਼ਰ ਆਏ ਸੀ। ਹਾਲਾਂਕਿ ਦੇਖੋ ਤੁਸੀਂ, ਸਮਰਥਕ ਜਿਹੜੇ ਨੇ ਉਹ ਪੂਰਨ ਤੌਰ 'ਤੇ ਢੋਲ ਲੈ ਕੇ ਆਏ ਨੇ, ਨੱਚ ਰਹੇ ਨੇ, ਖੁਸ਼ੀ ਮਨਾ ਰਹੇ ਨੇ ਵਿਜਿੰਦਰ ਸਿੰਗਲਾ ਦੀ ਜਦੋਂ ਤੋਂ ਟਿਕਟ ਜਿਹੜੀ ਹੈ ਉਹ ਮਿਲੀ ਹੈ। ਅਤੇ ਸਮਰਥਕ ਪੂਰਨ ਤੌਰ 'ਤੇ ਦੂਰ ਤੱਕ ਜੇਕਰ ਮਾਰੀਏ ਤਾਂ ਸਮਰਥਕਾਂ ਦੀਆਂ ਗੱਡੀਆਂ 'ਤੇ ਗੱਡੀਆਂ, ਅਤੇ ਕਰ ਗੱਡੀ ਦੇ ਉੱਤੇ ਕਾਂਗਰਸ ਪਾਰਟੀ ਦੇ ਝੰਡੇ ਜਿਹੜੇ ਨੇ ਉਹ ਲੱਗੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਵਰਿੰਦਰ ਸਿੰਗਲਾ ਜਿਹੜੇ ਨੇ ਹੁਣ ਜੇਕਰ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਚੱਲਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਲੋਕਾਂ ਦੀ ਜੇਕਰ ਰਾਏ ਮੰਨੀਏ ਤਾਂ ਲੋਕਾਂ ਦੀ ਰਾਏ 4 ਤਰੀਕ ਨੂੰ, ਕਿਉਂਕਿ 1 ਤਰੀਕ ਨੂੰ ਜਦੋਂ ਵੋਟਾਂ ਪੈਣ ਤਾਂ 4 ਤਰੀਕ ਨੂੰ ਕਿਤੇ ਨਾ ਕਿਤੇ ਸਾਫ਼ ਹੁੰਦਾ ਹੋਇਆ ਨਜ਼ਰ ਆਏਗਾ ਕਿ ਲੋਕ ਜਿਹੜੇ ਨੇ ਉਹ ਕਿਸ ਵੱਲ ਜਾਣਾ ਪਸੰਦ ਕਰ ਰਹੇ ਨੇ, ਕਿਹੜਾ ਕੈਂਡੀਡੇਟ ਲੋਕ ਜਿਹੜੇ ਨੇ ਉਹ ਪਸੰਦ ਕਰ ਰਹੇ ਨੇ। ਫਿਲਹਾਲ ਲਗਾਤਾਰ ਜਿਹੜੀਆਂ ਚੋਣ ਪ੍ਰਚਾਰ ਚੱਲਦਾ ਹੋਇਆ ਨਜ਼ਰ ਆ ਰਿਹਾ। ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਅੱਜ ਰੈਲੀ ਕੱਢਣ ਜਾ ਰਹੇ ਨੇ। ਦੇਖਿਆ ਜਾਵੇ ਤਾਂ ਪੂਰਨ ਤੌਰ 'ਤੇ ਜਿਹੜੇ ਲੋਕ ਨੇ, ਸਮਰਥਕ ਨੇ, ਉਹ ਅੱਜ ਮੋਹਾਲੀ ਦੇ ਵਿੱਚ ਪੁੱਜੇ ਨੇ ਅਤੇ ਮੋਹਾਲੀ ਤੋਂ ਚੱਲ ਕੇ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਨਤਮਸਤਕ ਹੋਣਗੇ। ਵਿਜੇ ਇੰਦਰ ਸਿੰਗਲਾ ਜੀ ਸਾਡੇ ਨਾਲ ਮੌਜੂਦ ਨੇ। ਸਰ, ਕਿਵੇਂ ਦੇਖਦੇ ਹੋ ਅੱਜ ਤੁਸੀਂ ਰੈਲੀ ਲੈ ਕੇ ਜਾ ਰਹੇ ਹੋ, ਨਤਮਸਤਕ ਹੋਵੋਗੇ ਅਨੰਦਪੁਰ ਸਾਹਿਬ? ਅੱਜ ਆਪਣੇ ਸਾਰੇ ਇਲਾਕੇ ਦੇ ਵਰਕਰ ਸਾਹਿਬਾਨਾਂ ਨਾਲ, ਲੀਡਰ ਸਾਹਿਬਾਨਾਂ ਦੇ ਨਾਲ ਜਾ ਕੇ, ਜੋ ਕਾਂਗਰਸ ਪਾਰਟੀ ਦੀ ਆਲਾ ਕਮਾਨ ਨੇ ਇਸ ਇਲਾਕੇ ਵਿੱਚ ਕਾਂਗਰਸ ਪਾਰਟੀ ਦਾ ਟਿਕਟ ਦੇ ਕੇ ਇਸ ਗੁਰੂ ਦੀ ਨਗਰੀ ਦੀ ਸਭਾ ਕਰਨ ਦਾ ਮੌਕਾ ਦਿੱਤਾ, ਉਸ ਗੱਲ ਨੂੰ ਸ਼ੁਰੂ ਕਰਨ ਵਾਸਤੇ ਅੱਜ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕ ਕੇ ਉੱਥੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰਨਾ। ਇੱਕੋ ਹੀ ਸੋਚ ਹੈ ਕਿ ਆਪਾਂ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀ ਚੰਗੇ ਤਰੀਕੇ ਨਾਲ ਸੇਵਾ ਕਰ ਸਕੀਏ, ਸੱਚੀ ਸੁੱਚੀ ਸੇਵਾ ਕਰ ਸਕੀਏ, ਔਰ ਇਹ ਇਲਾਕੇ ਦੀ ਜੋ ਜ਼ਰੂਰਤ ਹੈ ਉਸ ਨੂੰ ਪੂਰਾ ਕਰਕੇ, ਜਿਸ ਦੀ ਗੱਲ ਮੈਂ ਆਉਣ ਵਾਲੇ ਦਿਨਾਂ 'ਚ ਕਰਾਂਗਾ, ਕਿਉਂਕਿ ਅੱਜ ਸਾਡੇ ਸਾਰੇ ਇਲਾਕੇ ਦੇ ਲੋਕ ਆਪਣੀਆਂ ਆਪਣੀਆਂ ਪ੍ਰੋਬਲਮਸ ਨੂੰ ਅੰਡਰਸਟੈਂਡ ਕਰ ਰਹੇ ਹਾਂ, ਔਰ ਜਿਹੜੀਆਂ ਪ੍ਰੋਬਲਮਸ ਭਾਰਤ ਸਰਕਾਰ ਨਾਲ ਜਾਂ ਪਾਰਲੀਮੈਂਟ ਨਾਲ ਜੁੜੀਆਂ ਹੋਣਗੀਆਂ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਆਪਾਂ ਲੋਕਾਂ 'ਚ ਰੱਖਾਂਗੇ ਕਿ ਇਹਨਾਂ ਮੁੱਦਿਆਂ ਦੇ ਉੱਪਰ ਅਸੀਂ ਆਉਣ ਵਾਲੇ ਸਮੇਂ 'ਚ 5 ਸਾਲ ਇੱਕ ਟੀਚਾ ਬਣਾ ਕੇ, ਇੱਕ ਪਲਾਨ ਬਣਾ ਕੇ ਉਸ ਦੇ ਉੱਪਰ ਕੰਮ ਕਰਾਂਗੇ, ਔਰ ਫਿਰ ਉਸ ਕੰਮ ਨੂੰ ਪੂਰਾ ਕਰਕੇ ਲੋਕਾਂ ਨੂੰ ਉਸਦੀ ਸਹੂਲਤ ਦਾਂਗੇ। ਸੋ ਇਸ ਸੋਚ ਨਾਲ ਅੱਜ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ, ਮਾਤਾ ਨੈਣਾ ਦੇਵੀ ਜੀ ਦਾ ਆਸ਼ੀਰਵਾਦ ਲੈਣ ਵਾਸਤੇ, ਖੁਰਾਲਗੜ੍ਹ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਅਸੀਂ ਸਾਰੀ ਸੰਗਤ ਜਾ ਰਹੀ ਹੈ, ਔਰ ਉਸੇ ਰੂਪ ਦੇ ਵਿੱਚ ਅਸੀਂ ਸਾਰੇ ਅੱਜ ਉਰੇ ਮੋਹਾਲੀ ਤੋਂ ਇਕੱਠੇ ਹੋਏ ਹਾਂ। ਵੇਰਕਾ ਮਿਲਕ ਪਲਾਂਟ ਤੋਂ ਅਸੀਂ ਹੁਣ ਚਾਲੂ ਕਰਾਂਗੇ, ਔਰ ਫਿਰ ਰੋਪੜ ਹੋ ਕੇ ਬੁੱਗਾ ਸਾਹਿਬ ਹੋ ਕੇ ਅਤੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਾਂਗੇ। ਪਿਛਲੇ 5 ਸਾਲਾਂ ਦੀ ਗੱਲ ਕਰੀਏ ਤਾਂ ਮਨੀਸ਼ ਤਿਵਾੜੀ ਤੁਹਾਡੇ ਹੀ ਉਮੀਦਵਾਰ ਸੀ, ਕਿਤੇ ਉਹ ਜਿੱਤ ਕੇ ਵੀ ਪਾਏ ਸੀ, ਲੱਗਦਾ ਨਹੀਂ ਕਿ ਪਿਛਲੇ 5 ਸਾਲਾਂ 'ਚ ਤਰੱਕੀ ਹੋਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤਰੱਕੀ ਹੋਰ ਕਰਨ? ਨਹੀਂ, ਮੈਂ ਤਾਂ ਇਹ ਕਿਹਾ ਕਿ ਕੋਈ ਵੀ ਤਰੱਕੀ, ਮੈਂ ਪਰਸੋਂ ਵੀ ਕਿਹਾ ਸੀ, ਜਿਹੜੀ ਡਿਵੈਲਪਮੈਂਟ ਹੈ ਉਹ ਸਟਾਰਟ ਹੋ ਕੇ ਇੱਕ ਦਿਨ ਦੇ ਵਿੱਚ ਡਿਵੈਲਪਮੈਂਟ ਪੂਰੀ ਨਹੀਂ ਹੁੰਦੀ। ਐਵਰੀ ਡੇ ਦੇਰ ਇਜ਼ ਅ ਡਿਫਰੈਂਟ ਡੇ, ਇਟਸ ਐਵਰੀ ਡੇ, ਹਰ ਰੋਜ਼ ਨਵਾਂ ਚੀਜ਼ ਲੋਕਾਂ ਨੂੰ ਚਾਹੀਦੀ ਹੈ। ਅੱਜ ਅਗਰ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ, ਮੈਂ ਸੰਗਰੂਰ ਦੇ ਵਿੱਚ ਪਹਿਲੀ ਵਾਰ 2009 'ਚ ਗਿਆ ਸੀ, ਅਤੇ ਮੈਂ ਅੱਜ 2024 'ਚ ਮੈਂ ਉਰੇ ਪਹੁੰਚਿਆ, ਅਤੇ ਮੈਂ 2022 ਤੱਕ ਸੰਗਰੂਰ ਦੀ ਡਿਵੈਲਪਮੈਂਟ ਦੇ ਉੱਪਰ ਕੰਮ ਕੀਤਾ, ਤੋ 13 ਈਅਰਸ
ਆਈ ਵਾਜ਼ ਵਰਕਿੰਗ ਫੋਰ ਦ ਡਿਵੈਲਪਮੈਂਟ ਆਫ ਸੰਗਰੂਰ ਅਤੇ ਡਿਫਰੈਂਟ ਡਿਫਰੈਂਟ ਚੀਜ਼ਾਂ ਜੇ ਪਹਿਲਾਂ ਰੇਲ ਲਾਈਨ ਨਹੀਂ ਸੀ ਤਾਂ ਪਹਿਲਾਂ ਰੇਲ ਲਾਈਨ ਬਣੀ ਅਤੇ ਫਿਰ ਉਹ ਤੋਂ ਰੇਲ ਗੱਡੀ ਚੱਲੀ ਅਤੇ ਪਹਿਲਾਂ ਇੱਕ ਰੇਲ ਗੱਡੀ ਚੱਲੀ ਫਿਰ ਪੰਜ ਚੱਲੀਆਂ ਤਾਂ ਇਸੇ ਤਰੀਕੇ ਨਾਲ ਅਗਰ ਅੱਜ ਮੋਹਾਲੀ ਡਿਵੈਲਪਡ ਹੈ ਇੱਕ ਲੈਵਲ 'ਤੇ, ਰੋਪੜ ਡਿਵੈਲਪਡ ਹੈ ਇੱਕ ਲੈਵਲ ਦੇ ਉੱਪਰ, ਅਤੇ ਅੱਜ ਉਸ ਨੂੰ ਹੋਰ ਉੱਪਰ ਚੱਕਣ ਦੀ ਲੋੜ ਹੈ। ਅੱਜ ਉਰੇ ਆਈ ਟੀ ਦੀ ਗੱਲ ਕਰ ਰਹੇ ਸੀ ਬਲਬੀਰ ਜੀ ਹੁਣੇ ਵੀ, ਆਈ ਟੀ ਸੈਕਟਰ ਹੈ। ਮੈਂ ਜਦੋਂ ਸਿੰਗਾਪੁਰ ਗਿਆ ਸੀਗਾ ਇਨਵੈਸਟਮੈਂਟ ਸਮਿਟ ਦਾ ਡੈਲੀਗੇਸ਼ਨ ਲੈ ਕੇ ਪੰਜਾਬ ਗਵਰਨਮੈਂਟ ਦਾ ਵਜ਼ੀਰ ਹੋਣ ਦੇ ਨਾਤੇ, ਤਾਂ ਮੈਂ ਉੱਥੇ ਲੋਕਾਂ ਦੀ ਗੱਲ ਸੁਣੀ ਸੀ ਕਿ ਅੱਜ ਗੁੜਗਾਓਂ ਵੀ ਆਪਟੀਮਮ ਲੈਵਲ 'ਤੇ ਆ ਚੁੱਕਿਆ, ਹਾਊਸਿੰਗ ਇਜ਼ ਬਿਕਮ ਵੈਰੀ ਐਕਸਪੈਂਸਿਵ ਇਨ ਗੁੜਗਾਓਂ। ਉਹਨਾਂ ਨੇ ਕਿਹਾ ਕਿ ਜਿੰਨੇ ਆਈ ਟੀ ਸਿਟੀਜ਼ ਜਿਵੇਂ ਬੈਂਗਲੋਰ ਹੈ, ਗੁੜਗਾਓਂ ਹੈ, ਜਿਹੜੇ ਆਈ ਟੀ ਸਿਟੀਜ਼ ਜਾਂ ਡੈਲੀ ਹੈ, ਜਿਹੜੇ ਜਿਹੜੇ ਸਿਟੀਜ਼ ਡਿਵੈਲਪ ਹੋਏ, ਦੇ ਹੈਵ ਆਲ ਕਮ ਟੂ ਦੀ ਆਪਟੀਮਮ ਲੈਵਲ 'ਤੇ। ਉੱਥੇ ਹਾਊਸਿੰਗ ਵੀ ਇੰਨੀ ਐਕਸਪੈਂਸਿਵ ਹੋ ਗਈ ਕਿ ਪੀਪਲ ਕੈਨੋਟ ਗੋ ਐਂਡ ਸਟੇ ਦੇਅਰ ਐਨੀ ਮੋਰ, ਤਾਂ ਮੋਹਾਲੀ ਵਿਲ ਬੀ ਦੀ ਨੈਕਸਟ ਆਈ ਟੀ ਡੈਸਟੀਨੇਸ਼ਨ। ਇਸੇ ਕਰਕੇ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਮੋਹਾਲੀ ਦੇ ਏਅਰਪੋਰਟ ਤੋਂ ਸਿੰਗਾਪੁਰ ਦੀ ਫਲਾਈਟ ਚੱਲੇ, ਸਾਡੇ ਮੋਹਾਲੀ ਏਅਰਪੋਰਟ ਤੋਂ ਵੱਖ ਵੱਖ ਦੂਜੇ ਦੇਸ਼ਾਂ ਦੀਆਂ ਫਲਾਈਟ ਚੱਲਣ, ਤਾਂ ਕਿ ਮੋਹਾਲੀ ਹੋਰ ਡਿਵੈਲਪ ਹੋ ਸਕੇ। ਅੱਜ ਬਹੁਤ ਸਾਰੇ ਰਿਸਰਚ ਸੈਂਟਰਸ ਆਲਰੇਡੀ ਮੋਹਾਲੀ ਵਿੱਚ ਐਸਟੈਬਲਿਸ਼ਡ ਹੈ। ਸੋ ਜਿਹੜੀ ਗੱਲਾਂ ਦੀ ਲੋੜ ਆਈ ਟੀ ਸੈਕਟਰ ਨੂੰ ਜਾਂ ਵੱਖ ਦੂਜੇ ਸੈਕਟਰਸ ਨੂੰ ਰਿਸਰਚ ਸੈਂਟਰਸ ਦੇ ਨਾਲ ਜੋੜ ਕੇ ਕਰਨ ਦੀ ਲੋੜ ਹੁੰਦੀ ਹੈ, ਅਤੇ ਜਾਂ ਅੱਜ ਉਹਦੀ ਡਿਵੈਲਪਮੈਂਟ ਹੈਗੀ। ਜਾਂ ਜਿਹੜੇ ਏਅਰਪੋਰਟ ਵੱਡਾ ਬਣਿਆ ਹੈ ਤਾਂ ਏਅਰਪੋਰਟ ਦੇ ਉੱਪਰ ਜੇ ਜਹਾਜ਼ ਜੇ ਬਣ ਗਿਆ ਤਾਂ ਜਹਾਜ਼ ਉਤਰਨ ਦੀ ਗੱਲ ਹੋ ਰਹੀ ਹੈ। ਸੋ ਇਸ ਕਰਕੇ ਇਟ ਇਜ਼ ਅ ਡਿਵੈਲਪਮੈਂਟ ਏਜੰਡਾ। ਮੇਰਾ ਸਿਰਫ ਕਹਿਣ ਦਾ ਮਕਸਦ ਇਹ ਹੈ ਕਿ ਕੋਈ ਵੀ ਚੀਜ਼ ਕਰਨ ਵਾਸਤੇ ਤੁਹਾਨੂੰ ਪਹਿਲਾਂ ਉਹਦਾ ਬੇਸ ਇਨਫਰਾਸਟਰਕਚਰ ਤਿਆਰ ਕਰਨਾ ਪੈਂਦਾ, ਐਂਡ ਵੈਂਸ ਦੀ ਬੇਸ ਇਨਫਰਾਸਟਰਕਚਰ ਇਜ਼ ਰੈਡੀ, ਦੈਨ ਨਿਊ ਡਿਵੈਲਪਮੈਂਟ ਔਰ ਨਿਊ ਲੈਵਲਸ ਆਫ ਡਿਵੈਲਪਮੈਂਟ ਕਮਸ ਟੂ ਦੈਟ ਸਿਟੀ। ਮਨੀਸ਼ ਤਿਵਾੜੀ ਜੀ ਦੀ ਗੱਲ ਕਰੀ ਤਾਂ ਪਿਛਲੇ 5 ਸਾਲ ਜੋਰ ਜੇਕਰ ਤੁਸੀਂ ਕਹਿੰਦੇ ਵੀ ਕੰਮ ਕਰ ਰਹੇ ਸੀਗੇ ਤਾਂ ਲੱਗਦਾ ਨਹੀਂ ਵੀ ਟਿਕਟ ਉਹਨਾਂ ਨੂੰ ਦੇਣੀ ਚਾਹੀਦੀ ਸੀ, ਉਹਨਾਂ ਨੂੰ ਚੱਕ ਕੇ ਚੰਡੀਗੜ੍ਹ ਦੀ ਟਿਕਟ ਦਿੱਤੀ, ਤੁਹਾਨੂੰ ਜਿਹੜਾ ਪੈਰਾਸ਼ੂਟ ਕੈਂਡੀਡੇਟ ਉਰੇ ਲਿਆ ਕੇ ਤਾਰਿਆ ਗਿਆ। ਦੇਖੋ ਗੱਲ ਇਹ ਹੈ ਕਿ ਮੈਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਉਹਨਾਂ ਨੂੰ ਚੰਡੀਗੜ੍ਹ ਭੇਜਿਆ ਗਿਆ ਜਾਂ ਉਹਨੂੰ ਭਜਾਇਆ ਗਿਆ ਜਾਂ ਮੈਨੂੰ ਲਿਆਇਆ ਗਿਆ, ਇਹ ਪਾਰਟੀ ਦਾ ਫੈਸਲਾ ਸੀ। ਪਾਰਟੀ ਵਾਂਟਿਡ ਟੂ ਫੀਲਡ ਮਨੀਸ਼ ਜੀ ਚੰਡੀਗੜ੍ਹ, ਦੈਟਸ ਵਾਈ ਤਾਂ ਇਹ ਜਗ੍ਹਾ ਖਾਲੀ ਹੋ ਸਕੀ, ਅਤੇ ਜੇ ਜਗ੍ਹਾ ਖਾਲੀ ਹੋਈ ਤਾਂ ਪਾਰਟੀ ਨੇ ਮੈਨੂੰ ਉਰੇ ਨਾਮਜ਼ਦ ਕੀਤਾ। ਜਿੱਥੇ ਤੱਕ ਤੁਸੀਂ ਗੱਲ ਕਰ ਰਹੇ ਹੋ ਕਿ ਮੈਂ ਕੋਈ ਪੈਰਾਸ਼ੂਟ ਕੈਂਡੀਡੇਟ, ਮੈਂ ਪਹਿਲਾਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ, ਔਰ ਜੇ ਆਪਾਂ ਇਸ ਇਲਾਕੇ ਦੀ ਗੱਲ ਕਰੀਏ ਤਾਂ ਮੇਰੇ ਬਜ਼ੁਰਗ ਗਿਆਨੀ ਜ਼ੈਲ ਸਿੰਘ ਜੀ ਨਾਲ ਨਿੱਜੀ ਸਲਾਹਕਾਰ ਦੇ ਰੂਪ ਦੇ ਵਿੱਚ ਕੰਮ ਕਰਦੇ ਸੀ, ਅਤੇ ਉਹਨਾਂ ਨੇ ਬੜੀ ਲੰਬੀ ਸੇਵਾ ਰੋਪੜ ਇਲਾਕੇ ਦੀ, ਜਦੋਂ ਗਿਆਨੀ ਜੀ ਉਰੇ ਲੋਕ ਸਭਾ ਦੇ MP ਹੁੰਦੇ ਸੀ, ਉਸ ਤੋਂ ਬਾਅਦ ਮੁੱਖ ਮੰਤਰੀ ਹੋਇਆ ਕਰਦੇ ਸੀ, ਤਾਂ ਮੇਰੇ ਬਜ਼ੁਰਗਾਂ ਨੇ ਬੜੀ ਸੇਵਾ ਕੀਤੀ ਹੈ। ਫਿਰ ਮੈਨੂੰ ਵਜ਼ੀਰ ਬਣਨ ਦਾ ਮੌਕਾ ਮਿਲਿਆ, ਯੂਥ ਕਾਂਗਰਸ ਦਾ ਪ੍ਰਧਾਨ ਮੈਂ ਪਹਿਲਾਂ ਬਣਿਆ, ਸਾਰੇ ਇਲਾਕੇ 'ਚ ਕੰਮ ਕੀਤਾ, ਮੇਰੇ ਉਰੇ ਜ਼ਿਲ੍ਹੇ ਦਾ ਯੂਥ ਕਾਂਗਰਸ ਦਾ ਪ੍ਰਧਾਨ ਸੀ ਪਰਮ, ਅਤੇ ਅਸੀਂ ਉਰੇ ਕਬੱਡੀ ਟੂਰਨਾਮੈਂਟ ਕਰਾਇਆ ਜਿੱਥੇ ਰਾਹੁਲ ਜੀ ਆਏ। ਇਸੇ ਤਰੀਕੇ ਨਾਲ ਸਾਰੇ ਲੋਕ ਸਭਾ ਹਲਕੇ ਦੇ ਵਿੱਚ ਇਕੱਲਾ ਇਕੱਲਾ ਬਲਾਕ, ਚਾਹੇ ਉਹ ਨਵਾਂ ਸ਼ਹਿਰ ਦਾ, ਚਾਹੇ ਉਹ ਹੁਸ਼ਿਆਰਪੁਰ ਦਾ, ਹਰ ਇਲਾਕੇ ਦਾ ਬਲਾਕ, ਚਾਹੇ ਉਹ ਰੋਪੜ ਦਾ, ਉੱਥੇ ਅਸੀਂ ਕੰਮ ਕੀਤਾ। ਔਰ ਮੈਂ ਇਹ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਵਜ਼ੀਰ ਬਣਿਆ ਤਾਂ ਮੈਂ ਉਸ ਵੇਲੇ ਦੀ ਕਾਂਗਰਸ ਪਾਰਟੀ ਦੇ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਤੁਸੀਂ ਮੈਨੂੰ ਰੋਪੜ ਜ਼ਿਲ੍ਹਾ ਉਹ ਦਿਓ ਤਾਂ ਕਿ ਮੇਰਾ ਉਹ ਐਜ਼ ਅ ਮਿਨਿਸਟਰ ਇੰਚਾਰਜ ਡਿਸਟ੍ਰਿਕਟ ਹੋਵੇ, ਤਾਂ ਕਿ ਮੈਂ ਇਸ ਮੇਰੀ ਇੱਥੇ ਰੂਟਸ ਜੁੜੀਆਂ ਹੋਈਆਂ ਸੀ। ਔਰ ਮੈਂ ਉਰੇ ਉਸ ਵੇਲੇ ਕੰਮ ਕੀਤਾ, ਔਰ ਜਦੋਂ ਤੁਸੀਂ ਦੇਖ ਰਹੇ ਹੋਵੋਗੇ ਕਿ ਕੋਵਿਡ ਆਇਆ ਅਤੇ ਉਸ ਕੋਵਿਡ ਦੇ ਦੌਰਾਨ ਵੀ ਮੈਂ ਉਰੇ ਸਾਰੀਆਂ ਮੈਡੀਕਲ ਫੈਸਿਲਿਟੀਜ਼ ਕਿਸ ਤਰੀਕੇ ਨਾਲ ਉਰੇ ਲੋਕਾਂ ਦੇ ਵੱਲੋਂ ਲੋਕਾਂ ਦੀ ਸੇਵਾ ਕੀਤੀ ਜਾਂਦੀ ਸੀ, ਚਾਹੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਲਗਾਤਾਰ ਸੇਵਾ ਚੱਲੀ, ਅਤੇ ਚਾਹੇ ਉਹ ਬਿਆਸ ਵਾਲੇ ਬਾਬਾ ਜੀ ਦੇ ਸੇਵਾ ਚੱਲੀ, ਚਾਹੇ ਮੰਦਰਾਂ 'ਚ ਲੋਕਾਂ ਨੇ ਕੀਤੀ, ਚਾਹੇ ਸਮਾਜ ਸੇਵੀ ਜਥੇਬੰਦੀਆਂ ਨੇ ਸੇਵਾ ਕੀਤੀ, ਚਾਹੇ ਗਊਸ਼ਾਲਾ, ਕੋਈ ਵੀ ਕਮੇਟੀ ਸੀ ਉਹਨਾਂ ਨੇ ਲੰਗਰ ਪਾ ਕੇ ਸੇਵਾ ਕੀਤੀ, ਮੈਡੀਕਲ ਕੈਂਪਸ ਲੱਗੇ, ਮੈਡੀਕਲ ਫੈਸਿਲਿਟੀਜ਼ ਆਈਆਂ। ਮੈਨੂੰ ਯਾਦ ਹੈ ਰੋਪੜ ਦਾ ਹੋਸਪਿਟਲ, ਨੰਗਲ ਦਾ ਹੋਸਪਿਟਲ, ਮੈਂ ਖੁਦ ਮਾਸਕ ਪਾ ਕੇ ਗਾਊਨ ਪਾ ਕੇ ਵਿਜ਼ਿਟ ਕਰਨ ਗਿਆ, ਤਾਂ ਕਿ ਸਰ ਕੋਵਿਡ ਕਿੱਟਾਂ ਦਾ ਕਪਲਾ ਵੀ ਉਸੇ ਟਾਈਮ ਆਇਆ। ਕਿੱਦਾਂ ਕੋਵਿਡ ਕਿੱਟਾਂ ਦਾ ਕਪਲਾ ਵੀ ਉਸੇ ਟਾਈਮ ਆਇਆ? ਦੇਖੋ ਗੱਲ ਇਹ ਹੈ, ਇਹ ਮੇਰਾ ਸਿਰਫ ਕਹਿਣ ਦਾ ਮਕਸਦ ਇਹ ਹੈ ਕਿ
ਵਾਟ ਐਪ ਸੀਗੀ, ਤੁਸੀਂ ਮੈਨੂੰ ਕਿਹਾ ਕਿ ਮੈਂ ਪੈਰਾਸ਼ੂਟ ਦੀ ਰਾਹੀਂ ਆ ਗਿਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਮੇਰੀ ਸਾਂਝ ਇਸ ਇਲਾਕੇ ਨਾਲ, ਇਸ ਧਰਤੀ ਨਾਲ, ਇਸ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ, ਮੇਰੀ ਬੜੀ ਲੰਬੇ ਸਮੇਂ ਤੋਂ ਪੰਜਾਬ, ਮੈਂ ਪੰਜਾਬ ਦਾ ਵਸਨੀਕ ਹੈ ਜੇ, ਮੇਰੇ ਬਜ਼ੁਰਗ ਪਟਿਆਲੇ ਤੋਂ ਇਲੈਕਸ਼ਨ ਲੜਦੇ ਸੀ, ਪਾਰਟੀ ਮੈਨੂੰ ਪਹਿਲਾਂ ਸੰਗਰੂਰ 'ਤੇ ਇਲੈਕਸ਼ਨ ਲੜਨ ਲਈ ਭੇਜਿਆ, ਅਤੇ ਮੈਂ ਸੰਗਰੂਰ ਦੇ ਵਿੱਚ 15 ਸਾਲ ਕੰਮ ਕਰਕੇ ਸੰਗਰੂਰ ਨੂੰ ਪੰਜਾਬ ਦਾ ਇੱਕ ਬਹੁਤ ਵਧੀਆ ਸ਼ਹਿਰ ਬਣਾਉਣ ਦੇ ਵਿੱਚ, ਉਸ ਦੇ ਵਿੱਚ ਉਹਨੂੰ ਵਧੀਆ ਮੈਡੀਕਲ ਹੱਬ ਡਿਵੈਲਪ ਕਰਨ ਦੇ ਵਿੱਚ, ਸਪੋਰਟਸ ਇਨਫਰਾਸਟਰਕਚਰ ਦੇ ਐਂਗਲ ਨੂੰ ਡਿਵੈਲਪ ਕਰਨ ਦੇ ਵਿੱਚ ਕੰਮ ਕੀਤਾ, ਜਾਂ ਉੱਥੇ ਲੋਕ ਉੱਥੇ ਦੇ ਲੋਕਾਂ ਦੀ ਲਾਈਫ ਨੂੰ ਬੈਟਰ ਕੀਤਾ, ਉੱਥੇ ਦੇ ਲੋਕਾਂ ਦੀ ਫਾਈਨੈਂਸ਼ੀਅਲ ਆਰਥਿਕਤਾ ਨੂੰ ਮਜ਼ਬੂਤ ਕੀਤਾ। ਤਾਂ ਉਸੇ ਤਰੀਕੇ ਨਾਲ ਅੱਜ ਪਾਰਟੀ ਨੇ ਅਗਰ ਮੈਨੂੰ ਇਸ ਪਵਿੱਤਰ ਧਰਤੀ 'ਤੇ ਸੇਵਾ ਕਰਨ ਲਈ ਮੌਕਾ ਦਿੱਤਾ, ਆਉਣ ਵਾਲੇ ਸਮੇਂ 'ਚ ਇਸ ਨੂੰ ਇਸ ਇਲਾਕੇ ਨੂੰ ਉੱਪਰ ਚੱਕਣ ਵਾਸਤੇ ਕੰਮ ਕਰਾਂਗੇ, ਔਰ ਰਲ ਮਿਲ ਕੇ ਕਰਾਂਗੇ, ਆਪਾਂ ਸਾਰੇ ਮਿਲ ਕੇ ਕਰਾਂਗੇ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਵੀ 13 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਜਿੱਤਦੀ ਹੋਈ ਨਜ਼ਰ ਆ ਰਹੀ ਹੈ, ਇਸ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਹਰ ਇੱਕ ਪਾਰਟੀ ਆਪਣਾ ਆਪਣਾ ਜ਼ੋਰ ਜਿਹੜਾ ਹਰ ਇੱਕ ਸੀਟ 'ਤੇ ਉੱਤੇ ਲਗਾਉਂਦੀ ਹੋਈ ਨਜ਼ਰ ਆਉਂਦੀ ਹੈ? ਦੇਖੋ, ਇਹ ਪਿਛਲੇ 2 ਸਾਲ ਦੀ ਜੋ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਰਹੀ ਹੈ, ਉਸ ਨੂੰ ਦੇਖ ਕੇ ਲੋਕ ਵੋਟ ਦੇਣਗੇ। ਆਮ ਆਦਮੀ ਪਾਰਟੀ ਦੇ ਹੱਕ 'ਚ 13-0 ਹੋਣਾ ਹੈ ਕਿ ਕਾਂਗਰਸ ਪਾਰਟੀ ਦੇ ਹੱਕ 'ਚ 13-0 ਹੋਣਾ ਹੈ, ਇਹ 4 ਤਰੀਕ ਨੂੰ ਪਤਾ ਲੱਗੂਗਾ। ਲਾਸਟ ਇਹ ਪੁੱਛੂੰਗਾ ਕਿ ਕਿਸ ਨਾਲ ਮੁੱਖ ਮੁਕਾਬਲਾ ਦੇਖਦੇ ਹੋ ਹਾਲੇ ਤੱਕ? ਅਗਰ ਜੇ ਦੇਖਿਆ ਜਾਵੇ 3 ਪਾਰਟੀਆਂ ਨੇ ਆਪਣੇ ਕੈਂਡੀਡੇਟ ਨਾਲ ਦਿੱਤੇ ਨੇ, ਬੀਜੇਪੀ ਨੇ ਹਜੇ ਆਪਣਾ ਪੱਤਾ ਖੋਲ੍ਹਣਾ ਬਾਕੀ ਹੈ, ਲੱਗਦਾ ਵੀ ਕਿਤੇ ਨਾ ਕਿਤੇ ਬੀਜੇਪੀ ਜਿਹੜਾ ਕੈਂਡੀਡੇਟ ਉਤਾਰੇਗੀ ਉਹਦੇ ਨਾਲ ਮੁੱਖ ਮੁਕਾਬਲਾ ਹੋ ਸਕਦਾ, ਜਾਂ ਕਰ ਹੋਰ ਪਾਰਟੀਆਂ ਨਾਲ? ਦੇਖੋ, ਜਦੋਂ ਕੈਂਡੀਡੇਟਸ ਆਉਣਗੇ, ਚੋਣ ਚੱਲੂਗੀ, ਚੋਣ ਭਖੂਗੀ, ਅਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪ ਸਮਝ ਆ ਜਾਣਾ ਕਿ ਕਿਹੜੀ 2 ਪਾਰਟੀਆਂ ਦਾ ਮੁਕਾਬਲਾ ਹੈ। ਪਰ ਲੇਕਿਨ ਲੋਕਾਂ ਦਾ ਪਿਆਰ ਜੋ ਮਿਲ ਰਿਹਾ ਪਿਛਲੇ 5-6 ਦਿਨਾਂ ਤੋਂ, ਜਿਸ ਤਰੀਕੇ ਨਾਲ ਲੋਕਾਂ ਨੇ ਆਸ਼ੀਰਵਾਦ ਦਿੱਤਾ, ਜਿਸ ਤਰੀਕੇ ਦੇ ਲੋਕਾਂ ਦਾ ਟੈਲੀਫੋਨ ਆ ਰਿਹਾ, ਜਿਸ ਤਰੀਕੇ ਨਾਲ ਸਾਰੀ ਸੰਗਤ ਉਰੇ ਟੈਲੀਫੋਨ ਕਰਕੇ ਦੱਸ ਰਹੀ ਹੈ ਕਿ ਵਿਜੇਂਦਰ ਸਿੰਗਲਾ ਦੀ ਅਸੀਂ ਗਵਾਹੀ ਦਿੰਦੇ ਹਾਂ ਕੰਮ ਦੀ, ਜਾਂ ਉਹਨਾਂ ਦੀ ਜੋ ਸੋਚ ਹੈ ਉਸ ਦੀ, ਮੈਂ ਸਮਝਦਾ ਕਿ ਜ਼ਰੂਰ ਪਰਮਾਤਮਾ ਕਿਰਪਾ ਕਰੂਗਾ ਸੇਵਾ ਦੇਣ ਵਾਸਤੇ। ਤਾਂ ਜ਼ਰੂਰ ਵਿਜੇਂਦਰ ਸਿੰਗਲਾ ਜਿਹੜੇ ਨੇ ਉਹ ਅੱਜ ਸ਼੍ਰੀ ਅਨੰਦਪੁਰ ਸਾਹਿਬ ਜਾਣਗੇ ਅਤੇ ਮਾਤਾ ਨੈਣਾ ਦੇਵੀ ਮੰਦਿਰ ਜਾਣਗੇ ਅਤੇ ਨਤਮਸਤਕ ਹੋ ਕੇ ਉੱਥੋਂ ਦੀ ਆਪਣੀ ਜਿਹੜੀ ਰੈਲੀ ਆ ਉਹ ਸਮਾਪਤ ਕਰਦੇ ਹੋਏ ਨਜ਼ਰ ਆਉਣਗੇ। ਪਰ ਦੇਖਿਆ ਜਾਵੇ ਤਾਂ ਪੂਰਨ ਤੌਰ 'ਤੇ ਮੁਕਾਬਲਾ ਜਿਹੜਾ ਉਹ ਕਿਤੇ ਨਾ ਕਿਤੇ ਕਰੜਾ ਹੁੰਦਾ ਹੋਇਆ ਨਜ਼ਰ ਆ ਰਿਹਾ, ਹਾਲਾਂਕਿ ਬੀਜੇਪੀ ਨੇ ਆਪਣੇ ਪੱਤੇ ਹਾਲੇ ਤੱਕ ਨਹੀਂ ਖੋਲ੍ਹੇ ਕਿ ਕਿਹੜਾ ਕੈਂਡੀਡੇਟ ਜਿਹੜਾ ਉਹ ਬੀਜੇਪੀ ਉੱਥੇ ਉਤਾਰੇਗਾ। ਪਰ ਕਿਤੇ ਨਾ ਕਿਤੇ ਦੇਖਣ ਨੂੰ ਮਿਲੇਗਾ ਕਿ 4 ਤਰੀਕ ਨੂੰ ਕਿਸ ਵੱਲ ਜਿਹੜਾ ਲੋਕ ਵੋਟ ਪਾ ਕੇ ਜਿਤਾਉਂਦੇ ਨੇ। ਮੋਹਾਲੀ ਤੋਂ ਵੀਡੀਓ ਜਰਨਲਿਸਟ ਵਰਿੰਦਰ ਸੁਰਜੀਤ ਸਿੰਘ ਦੇ ਨਾਲ ਸੰਦੀਪ ਸਿੰਘ, ਅਜੀਤ ਵੈਬ ਟੀਵੀ।